ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ 'ਚ। ਅੱਜ ਆਪਾਂ ਵੀਡੀਓ ਬਣਾਉਣ ਲੱਗੇ ਹਾਂ। ਜਿਹੜੀ ਇੱਕ ਆਲਸੀ ਬੰਦਾ ਹੁੰਦਾ ਹੈ, ਜਿਹਨੂੰ ਕਹਿ ਦਿੰਦੇ ਨੇ ਬਹੁਤ, ਇਹਨੂੰ ਸੁਸਤੀ ਪਈ ਰਹਿੰਦੀ ਹੈ, ਇਹ 15 ਵਾਰ ਕਹੇ 'ਤੇ ਉੱਠਦਾ ਹੈ, ਠੀਕ ਹੈ, ਇਹਨੂੰ ਕੰਮ ਨਹੀਂ ਸੁੱਝਦਾ। ਮੈਂ ਇੱਕ ਤੁਹਾਨੂੰ ਗੱਲ ਦੱਸਦੀ ਹਾਂ, ਦੁਨੀਆ ਇਹ ਚੀਜ਼ ਨੂੰ ਜਾਣਦੀ ਨਹੀਂ। ਹੁਣ ਨਾ ਇਹ ਨਾ ਕਿਹੋ ਵੀ ਭੈਣ ਆਏ ਕਹਿੰਦੀ ਹੈ, ਮੇਰਾ ਇਹ ਖੁਦ ਦਾ ਤਜਰਬਾ ਹੈ। ਹਾਂ, ਕਿਤੇ ਨਹੀਂ ਸਰੀਰ ਠੀਕ ਹੈਗਾ, ਉਹ ਗੱਲ ਵੱਖਰੀ ਹੈ, ਸਰੀਰ ਮੂਹਰੇ ਅਸੀਂ ਸਭੇ ਕਮਜ਼ੋਰ ਪੈ ਜਾਂਦੇ ਹਾਂ, ਪਰ ਭਾਵੇਂ ਆਦਮੀ ਹੈ ਭਾਵੇਂ ਔਰਤ ਹੈ, ਖਾਸ ਕਰਕੇ ਮੈਂ ਔਰਤਾਂ ਬਾਰੇ ਵੀਡੀਓ ਬਣਾਉਣ ਲੱਗੀ ਹਾਂ। ਆਦਮੀਆਂ ਦਾ ਤਾਂ ਮੈਨੂੰ ਪਤਾ ਹੈ, ਆਦਮੀਆਂ ਨੇ ਤਾਂ ਆਪਣਾ, ਜੇ ਤਾਂ ਕੋਈ ਜੀਰੀਆਂ ਦਾ ਸਮਾਂ, ਫਿਰ ਤਾਂ ਵਿਚਾਰੇ ਸਾਜਰੇ ਉੱਠ ਕੇ ਤੜਕਿਆਂ ਨੂੰ ਲੰਘ ਜਾਂਦੇ ਨੇ ਟਰੈਕਟਰ ਲੈ ਕੇ। ਵੈਸੇ ਉਹਨਾਂ ਨੇ ਆਪਣੇ ਟਾਈਮ ਨਾਲ ਉੱਠ ਕੇ ਕੱਖ ਕੰਡੇ ਦਾ ਕਰ ਲੈਣਾ, ਉਹਨਾਂ ਨੂੰ ਪਤਾ ਹੈ। ਇਹ ਜ਼ਿਆਦਾ ਨੇਸਤੀ ਅੱਜ ਦੀ ਪੀੜ੍ਹੀ 'ਚ ਹੈ, ਮੁੰਡਿਆਂ 'ਚ, ਸਾਡੀ ਉਮਰ ਦੇ ਆਦਮੀਆਂ 'ਚ ਨਹੀਂ ਹੈਗੀ, ਅੱਜ ਦੇ ਮੁੰਡਿਆਂ 'ਚ ਹੈ, ਅੱਜ ਦੀਆਂ ਕੁੜੀਆਂ 'ਚ ਹੈ, ਜ਼ਿਆਦਾਤਰ ਸਾਡੀ ਏਜ 'ਚ ਨਹੀਂ ਹੈਗੀ, ਖਾਸ ਕਰਕੇ ਬਹੁਤ ਘੱਟ। ਇਹ ਜਿਹੜੀ ਨੇਸਤੀ ਹੈ, ਇਹ ਹੈਗੀ ਹੈ ਮੋਬਾਈਲ ਫੈਮਿਲੀ 'ਚ। ਮੈਂ ਜ਼ਿਆਦਾਤਰ ਕੁੜੀਆਂ ਦੀ ਗੱਲ ਕਰੂੰਗੀ। ਦੇਖੋ, ਕੰਮ ਕਰੇ ਬਿਨਾਂ ਮੁੰਡਿਆਂ ਨੂੰ ਵੀ ਨਹੀਂ ਸਰਦਾ। ਪੁੱਤਰ ਜੀ, ਰੋਟੀ ਖਾਣੀ ਹੈ, ਜ਼ਿੰਦਗੀ ਬਤੀਤ ਕਰਨੀ ਹੈ, ਜ਼ਿੰਦਗੀ ਦੀ ਹਰ ਇੱਕ ਜ਼ਰੂਰਤ ਪੂਰੀ ਕਰਨੀ ਹੈ, ਉਹਦੇ ਲਈ ਸਾਨੂੰ ਕੰਮ ਬਹੁਤ ਜ਼ਰੂਰੀ ਹੈ। ਜਿਹੜੀਆਂ ਕੁੜੀਆਂ ਅੱਜ ਦੇ ਸਮੇਂ ਵਾਲੀਆਂ, ਜਿਨ੍ਹਾਂ ਦਾ ਉੱਠਣ ਦਾ ਰੂਟੀਨ ਨਹੀਂ ਨਾ ਸਹੀ ਹੈਗਾ, ਫਿਰ ਉੱਥੇ ਸਾਡੇ ਘਰਾਂ 'ਚ ਕਲੇਸ਼ ਪੈਣੇ ਸ਼ੁਰੂ ਹੋ ਜਾਂਦੇ ਨੇ। ਫਿਰ ਅਗਲਾ ਕਹਿੰਦਾ, ਸੱਸ ਬੋਲਦੀ ਹੈ, ਫਲਾਣਾ ਬੋਲਦਾ, ਧਮਕਾ ਬੋਲਦਾ। ਦੇਖੋ, ਮੇਰੀ ਗੱਲ ਸੁਣੋ, ਅਸੀਂ ਕਿਸੇ ਨੂੰ ਬੋਲਣ ਦਾ ਮੌਕਾ ਹੀ ਨਾ ਦਈਏ। ਮੇਰਾ ਖੁਦ ਦਾ ਤਜਰਬਾ ਹੈ, ਮੈਂ ਅੱਜ ਦੀ ਨਹੀਂ ਗੱਲ ਕਰਦੀ, ਮੈਂ ਆਪਣੀ ਪਹਿਲ ਤੋਂ ਹੀ ਗੱਲ ਕਰਦੀ ਹਾਂ, ਵਿਆਹ ਵਾਲੇ ਸਮੇਂ ਤੋਂ। ਉੱਠਣ ਦਾ ਰੂਟੀਨ ਉਹੀ ਆ ਸਾਜਰੇ ਵਾਲਾ ਹੀ, ਠੀਕ ਹੈ ਜੀ। ਕਿਉਂਕਿ ਜਿਹੜਾ ਉੱਠਣ ਦਾ ਸਮਾਂ ਸਾਡਾ ਸਹੀ ਹੈ, ਸਾਡੇ ਬੱਚੇ ਜਦੋਂ 3 ਸਾਲ ਦੇ 3.5 ਸਾਲ ਦੇ ਸੋ ਜਾਂਦੇ ਨੇ, ਫਿਰ ਸਕੂਲ ਬੱਚਿਆਂ ਨੇ ਜਾਣਾ ਹੁੰਦਾ, ਫਿਰ ਉੱਥੇ ਆ ਕੇ ਸਾਨੂੰ ਤਕਲੀਫ ਹੁੰਦੀ ਹੈ, ਫਿਰ ਅਸੀਂ ਬੱਚਿਆਂ ਨੂੰ ਕੁੱਟਦੇ ਹਾਂ, ਫਿਰ ਘਰ 'ਚ ਕਲੇਸ਼ ਸ਼ੁਰੂ ਹੁੰਦਾ, ਸਵੇਰ ਟਾਈਮ 'ਤੇ ਭਾਂਡੇ ਖੜਕਣੇ ਸ਼ੁਰੂ ਹੋ ਜਾਂਦੇ ਹਾਂ। ਕਾਹਤੇ ਹੁੰਦੇ ਹਾਂ ਅਸੀਂ, ਘਰ ਦੇ ਹੋਰ ਮੈਂਬਰਾਂ ਨੂੰ ਦੋਸ਼ ਦੇਈ ਜਾਣਾ, ਕੁੜੀਆਂ ਨੇ ਫਲਾਣਾ ਆਏ ਹੈ, ਧਮਕਾ ਆਏ ਹੈ, ਜੇ ਹੈ ਜੀ, ਵੋ ਹੈ ਜੀ, ਨਿਆਣੇ ਕੁੱਟ ਦੇਣੇ ਆ, ਸਾਜਰੇ ਸਾਜਰੇ ਕਲਵਾਟ ਪਵਾ ਦੇਣਾ ਨਿਆਣਿਆਂ ਦਾ। ਇਹ ਨਹੀਂ ਦੇਖਣਾ ਵੀ ਮੇਰੇ 'ਚ ਵੀ ਗਲਤੀ ਹੈ। ਧੀਆਂ ਭੈਣਾਂ ਨੂੰ ਮੈਂ ਇਹ ਕਹਿੰਦੀ ਹਾਂ ਵੀ ਪੁੱਤਰ, ਸਾਜਰੇ ਉੱਠਣ ਦਾ ਰੂਟੀਨ ਹੈ ਜਿਹੜਾ, 4:30-5 ਵਜੇ ਉੱਠੋ, ਆਪਣਾ ਇਸ਼ਨਾਨ ਕਰੋ, ਠੀਕ ਹੈ। ਕਿਸੇ ਨੂੰ ਪਸ਼ੂ ਦਾ ਕੰਮ ਨਹੀਂ ਹੈਗਾ, ਬੜੇ ਹੈਗੇ ਨੇ ਘਰ 'ਚ ਮਹਾਰਾਜ ਦੀ ਕਿਰਪਾ ਨਾਲ ਕਰਨੇ ਵਾਲੇ, ਤੁਸੀਂ ਉੱਠ ਕੇ ਆਪਣਾ ਚਾਹ ਪਾਣੀ ਦਾ ਕੰਮ ਸੰਭਾਲੋ, ਨਹਾ ਲਓ, ਧੋ ਲਓ, ਆਪਣੇ ਬੱਚੇ ਦੇ ਉੱਠਦੇ ਨੂੰ ਸਾਰਾ ਉਹਦਾ ਵਰਦੀ ਦਾ ਸਿਸਟਮ ਲੋਟ ਕਰ ਦਿਓ, ਬੱਚੇ ਨੇ ਸਕੂਲ ਜਾਣਾ ਹੈ। ਇਹ ਜਿਹੜੀਆਂ ਨਾ ਮੈਂ ਤੁਹਾਨੂੰ ਦੱਸਦੀ ਹਾਂ ਗੱਲਾਂ, ਕੁਛ ਵੀ ਨਹੀਂ, ਸਹੁਰੇ ਘਰ ਵਾਲੀ ਜ਼ਿੰਦਗੀ ਕੁਛ ਵੀ ਨਹੀਂ ਹੈਗੀ। ਕਹਿ ਦਿੰਦੇ ਨੇ ਸਹੁਰੇ ਜਾ ਕੇ ਧੀ ਭੈਣ ਆਏ ਔਖੀ ਹੁੰਦੀ ਹੈ ਜੀ, ਆਏ ਔਖੀ ਹੁੰਦੀ ਹੈ ਜੇ, ਕੁਛ ਆਦਤਾਂ ਸਾਡੀਆਂ ਵੀ ਮਾੜੀਆਂ ਹੁੰਦੀਆਂ ਨੇ। ਜਿਹੜੀ ਸਾਡੀ ਪੇਕਿਆਂ ਵਾਲੀ ਜ਼ਿੰਦਗੀ ਹੈ ਉਹ ਕੁਛ ਹੋਰ ਹੁੰਦੀ ਹੈ, ਜਿਹੜੀ ਸਾਡੀ ਸਹੁਰਿਆਂ ਵਾਲੀ ਜ਼ਿੰਦਗੀ ਹੈ ਉਹ ਕੁਛ ਹੋਰ ਹੁੰਦੀ ਹੈ। ਸਹੁਰੇ ਘਰ ਸਾਡੇ 'ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਆਉਂਦੀ ਸਾਰ,
ਜਵਾਕ ਤੋਂ ਪਹਿਲਾਂ ਆਦਮੀ ਦੀ ਜ਼ਿੰਮੇਵਾਰੀ ਹੁੰਦੀ ਆ, ਉਹਨੂੰ ਵੀ ਕੱਪੜਾ ਲੀੜਾ, ਰੋਟੀ ਪਾਣੀ ਟਾਈਮ ਨਾਲ, ਉਦੋਂ ਬਾਅਦ ਫਿਰ ਘਰ ਦੇ ਪਰਿਵਾਰ ਦੀ ਜ਼ਿੰਮੇਵਾਰੀ, ਸਾਫ ਸਫਾਈਆਂ ਦੀ ਜ਼ਿੰਮੇਵਾਰੀ, ਫਿਰ ਇੰਨੇ ਨੂੰ ਬੱਚੇ ਦੀ ਜ਼ਿੰਮੇਵਾਰੀ ਪੈ ਜਾਂਦੀ ਹੈ। ਜਦ ਅਸੀਂ ਅੱਧੀ ਅੱਧੀ ਰਾਤਾਂ ਹੀ ਫੋਨ ਚਲਾਉਣਾ ਹੈ, ਠੀਕ ਹੈ, ਅਸੀਂ ਫੋਨ ਨਹੀਂ ਛੱਡਣਾ, ਫਿਰ ਅਸੀਂ ਤੜਕੇ ਨਹੀਂ ਉੱਠ ਸਕਦੀਆਂ, ਕੋਈ ਵੀ ਨਹੀਂ ਉੱਠ ਸਕਦਾ, ਮੈਂ ਵੀ ਨਹੀਂ ਉੱਠ ਸਕਦੀ। ਜਿਹੜੀ ਚੀਜ਼ ਦੀ ਜਿੰਨੀ ਕੁ ਵਰਤੋਂ ਹੈ ਉੱਨੀ ਉਹ ਵਰਤੋਂ ਕਰਿਆ ਕਰੋ। ਅੱਜ ਦੇ ਸਮੇਂ 'ਚ ਇਹ ਕਾਟੋ ਕੋਲੇ ਸਬੱਧ ਹੈ ਬਈ, ਜਿਹੜਾ ਇਹ ਸਮਾਂ ਹੈ, ਇਹ ਜਿਹੜਾ ਫੋਨ ਹੈ ਨਾ, ਸਾਨੂੰ ਇਹ ਬਲੱਜ ਜਿਹਾ ਕਰ ਦਿੰਦਾ ਹੈ ਸਾਡਾ। ਇੱਕ ਤਾਂ ਮਨ ਚਿੜਚਿੜਾ ਹੋ ਜਾਂਦਾ, ਇੱਕ ਸਾਨੂੰ ਕੰਮ ਨਹੀਂ ਸੁੱਝਦਾ, ਇੱਕ ਸਾਨੂੰ ਦੂਏ 'ਤੇ ਗੁੱਸਾ ਆਈ ਜਾਂਦਾ ਹੁੰਦਾ। ਚਲਾਓ ਫੋਨ, ਫੋਨ ਵੀ ਚਲਾਉਣ ਲਈ ਆ, ਪਰ ਸਮੇਂ ਸਮੇਂ ਨਾਲ ਚਲਾਓ, ਇਹ ਨਾ ਹੋਵੇ ਫੋਨ ਸਾਡੇ ਲੜਾਈ ਦਾ ਕਾਰਨ ਬਣ ਜਾਵੇ। ਰੋਟੀ ਬਣਾਉਣੀ ਹੈ, ਕੋਲ ਲਾ ਕੇ ਰੱਖ ਲੈਣਾ, ਭਾਂਡੇ ਮਾਂਜਣੇ ਆ, ਕੋਲ ਫੋਨ ਚਲਾ ਕੇ ਰੱਖ ਲੈਣਾ, ਰੋਟੀ ਖਾਂਦੇ ਆ, ਕੋਲ ਫੋਨ ਲਾ ਕੇ ਰੱਖ ਲੈਣਾ। ਮੈਂ ਤਾਂ ਮੰਨੋਗੇ ਤੁਸੀਂ, ਫੋਨ ਵਾਲਿਆਂ ਨੂੰ ਵੀ ਗਾਲਾਂ ਨਿਕਲਦੀਆਂ ਸਾਤੋਂ ਤਾਂ, ਮਾਵਾਂ ਤੋਂ, ਵੀ ਕੰਜਰ ਤਾਂ ਉਹ ਨੇ ਜਿਨ੍ਹਾਂ ਨੇ ਤੁਹਾਨੂੰ ਸਹੂਲਤ ਦਿੱਤੀ ਹੈ ਇੰਨੀ। ਪਹਿਲਾਂ ਵੀ ਤਾਂ ਗੁਜ਼ਾਰਾ ਹੁੰਦਾ ਤਾ, ਇਹ ਤਾਂ ਜਿੰਨੀਆਂ ਮਰਜ਼ੀ ਸਹੂਲਤਾਂ ਵਧਾਈ ਜਾ, ਸਾਡੇ ਸਮੇਂ 'ਚ ਵੀ ਸਰਦਾ ਤੀ, ਹੁਣ ਵੀ ਸਰਦਾ ਹੀ ਹੈ, ਗਾਹਾਂ ਨੂੰ ਜਵਾਕਾਂ ਨੇ ਜਦੋਂ ਤੁਹਾਡਿਆਂ ਨੇ ਬੜੇ ਹੋਣਾ, ਉੱਦਣ ਨੂੰ ਪਤਾ ਨਹੀਂ ਕੀ ਹੋ ਜਾਣਾ, ਫਿਰ ਤੁਸੀਂ ਕਹਿਣਾ ਜਦ ਵੀ ਤਾਂ ਸਰਦਾ ਤੀ ਆਹ ਚੀਜ਼ ਬਿਨਾ। ਇਹ ਜਿੰਨੀਆਂ ਮਰਜ਼ੀ ਸਹੂਲਤਾਂ ਵਧਾਈ ਜਾ, ਉਨਾ ਹੀ ਬੰਦਾ ਨੇਸਤੀ 'ਚ ਆਉਂਦਾ ਚਲੇ ਜਾਂਦਾ, ਉਨਾ ਹੀ ਬੰਦਾ ਉਹਨਾਂ ਚੀਜ਼ਾਂ 'ਤੇ ਡਿਪੈਂਡ ਹੁੰਦਾ ਚਲੇ ਜਾਂਦਾ, ਸੁਖੀਆ ਹੁੰਦਾ ਚਲੇ ਜਾਂਦਾ ਬੰਦਾ। ਸੁੱਖ ਪੈ ਗਿਆ ਸਾਨੂੰ ਇਹਨਾਂ ਚੀਜ਼ਾਂ ਦਾ, ਅਸੀਂ ਘਰ ਬੈਠੇ ਟੁੱਕ 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 ਬੈਂਕਾਂ ਦਾ ਕਿਹਾ, ਸਭ ਕਿਹਾ A to Z ਫੋਨਾਂ 'ਤੇ ਸਿਸਟਮ ਫਿੱਟ ਕਰਤਾ, ਉਹ ਕਹਿੰਦੇ ਆ ਇੱਕ ਮਜਬੂਰੀ ਬਣਾਤਾ ਫੋਨ। ਰੋਟੀ ਘਰ ਪੱਕੇ ਨਾ ਪੱਕੇ, ਪਰ 10,000 ਦਾ ਫੋਨ ਜ਼ਰੂਰ ਹੱਥ 'ਚ ਚਾਹੀਦਾ, ਕਿਉਂਕਿ ਸਾਰਾ ਕੁਝ ਹੈ ਹੀ ਫੋਨ 'ਤੇ, ਸਾਡੀ ਕਮਜ਼ੋਰੀ ਬਣ ਗਿਆ ਫੋਨ। ਮੈਂ ਦੇਖੋ ਬਹੁਤੀਆਂ ਗੱਲਾਂ ਨਹੀਂ ਕਹਿੰਦੀ, ਪਰ ਮੈਂ ਫਿਰ ਵੀ ਕੁੜੀਆਂ ਚਿੜੀਆਂ ਨੂੰ ਕਹਿੰਦੀ ਹਾਂ, ਮੁੰਡਿਆਂ ਨੂੰ ਵੀ ਕਹਿੰਦੀ ਹਾਂ, ਨਵੀਂ ਪੀੜ੍ਹੀ ਵਾਲਿਆਂ ਨੂੰ, ਪੁੱਤਰ ਤੁਸੀਂ ਵੀ ਆਪਣਾ ਕੰਮ ਕੋਈ ਵੀ ਹੈ ਟਾਈਮ ਨਾਲ ਨਿਬੇੜੋ, ਆਪਣਾ ਨਾ ਬਾਪੂ ਤੋਂ ਗਾਲਾਂ ਖਾਓ, ਨਾ ਬਹੂ ਬੇਬੇ ਤੋਂ ਗਾਲਾਂ ਖਾਵੇ, ਠੀਕ ਹੈ। ਫਿਰ ਅਗਲੀਆਂ ਕੰਨਾਂ ਫੁੱਸੀਆਂ ਮਾਰ ਲੱਗ ਜਾਂਦੀਆਂ ਨੇ ਮੁੰਡਿਆਂ ਦੇ ਕੰਨਾਂ 'ਚ, ਫਿਰ ਮੁੰਡੇ ਬਰੂਦ ਬਣ ਜਾਂਦੇ ਨੇ, ਘਰਦਿਆਂ 'ਤੇ ਨੂੰ ਚੜਚੜਾਉਂਦੇ ਨੇ, ਤੁਸੀਂ ਐਂ ਕਰਦੇ ਆ, ਤੁਸੀਂ ਐਂ ਕਰਦੇ ਆ, ਤੁਸੀਂ ਇਹਨਾਂ ਨਾਲ ਲੜਦੇ ਹੋ, ਜੇ ਹੈ ਵੋ ਹੈ, ਗੱਲਾਂ ਕੁਛ ਵੀ ਨਹੀਂ ਹੁੰਦੀਆਂ, ਛੋਟੀਆਂ ਗੱਲਾਂ 'ਤੇ ਕਲੇਸ਼। ਫੋਨ ਬਹੁਤ ਬੜਾ ਪਸਾਦ ਦੀ ਜੜ ਬਣ ਗਈ ਸਾਡੇ ਘਰਾਂ 'ਚ, ਜਿੰਨੇ ਇਹਦੇ ਫਾਇਦੇ ਨੇ ਇਹਦੇ ਦੁੱਗਣੇ ਨੁਕਸਾਨ ਨੇ, ਪਤਾ ਹੀ ਨਹੀਂ ਲੱਗਦਾ ਸਾਨੂੰ ਫੋਨ 'ਤੇ ਬਹਿ ਕੇ ਵੀ ਅਸੀਂ ਕਿਹੜੀ ਦੁਨੀਆ 'ਚ ਪਹੁੰਚ ਗਏ। ਸੋਈ ਗੱਲਾਂ ਬਈ, ਆਪਣੇ ਸਮੇਂ ਨੂੰ ਅਹਿਮੀਅਤ ਦਿਆ ਕਰੋ, ਆਪਣੇ ਕੰਮਾਂ ਨੂੰ ਅਹਿਮੀਅਤ ਦਿਆ ਕਰੋ, ਜਿਨ੍ਹਾਂ ਨੇ ਸਾਨੂੰ ਰੋਟੀ ਦੇਣੀ ਹੈ, ਠੀਕ ਹੈ ਜੀ, ਆਪਣੇ ਪਰਿਵਾਰ ਨੂੰ ਅਹਿਮੀਅਤ ਦਿਆ ਕਰੋ, ਕੁਝ ਨਹੀਂ ਇਹਨਾਂ ਫੋਨਾਂ 'ਚ ਰੱਖਿਆ ਹੈਗਾ। ਪਹਿਲਾਂ ਸ਼ੌਂਕ ਜਿਹਾ ਹੁੰਦਾ ਤਾਂ, ਹੁਣ ਹੈਗੇ ਆ ਬਥੇਰੇ, ਪਰ ਕੋਈ ਸ਼ੌਂਕ ਜਿਹਾ ਨਹੀਂ ਹੈਗਾ। ਹੋਇਆ ਕਿਤੇ ਕੋਈ ਵਧੀਆ ਸੀਰੀਅਲ, ਕੋਈ ਵਧੀਆ ਗੱਲ ਦੇਖ ਲਈ, ਹੈ ਨਾ, ਵੀ ਇਹ ਨਹੀਂ ਹੈਗਾ ਵੀ 24 ਘੰਟੇ ਟੁੱਕ ਟੁੱਕ ਕਰੀ ਜਾਣੀ ਹੈ। ਇਹਨੂੰ ਤਾਂ ਦਿਨ ਰਾਤ ਚਲਾਈ ਜਾ, ਭਾਵੇਂ ਇਹਦੇ 'ਚ ਤਾਂ ਮੁੱਕਣੀਆਂ ਹੀ ਨਹੀਂ ਫੋਟੋਆਂ, ਰੋਟੀ ਬਿਨਾਂ ਖਾ ਭਾਵੇਂ। ਸੋਈ ਗੱਲਾਂ, ਇਹ ਛੋਟੀਆਂ ਗੱਲਾਂ 'ਤੇ ਸਾਨੂੰ ਨੇਸਤੀਆਂ ਪੈਂਦੀਆਂ ਨੇ, ਸਾਡੇ ਕੰਮ ਲੇਟ ਹੁੰਦੇ ਨੇ, ਸਾਡੇ ਸਮੇਂ ਦੀ ਨਕਦਰੀ ਹੁੰਦੀ ਹੈ, ਸਾਡੇ ਘਰਾਂ 'ਚ ਕਲੇਸ਼ ਪੈਂਦੇ ਨੇ, ਫਿਰ ਅਸੀਂ ਆਪਣੇ ਬੜਿਆਂ ਨੂੰ ਚੰਗਾ ਮਾੜਾ ਬੋਲਦੇ ਹਾਂ, ਬੜੇ ਸਾਨੂੰ ਬੁਰੇ ਲੱਗਣ ਲੱਗ ਜਾਂਦੇ ਨੇ।
ਠੀਕ ਹੈ ਜੀ, ਜਿਹੜਿਆਂ ਨੇ ਭਾਈ ਮਾਂ ਬਾਪਾਂ ਨੇ ਕਮਾਈਆਂ ਕੀਤੀਆਂ ਹੋਈਆਂ, ਉਹਨਾਂ ਨੇ ਸਮੇਂ ਨੂੰ ਸਮਝਿਆ ਹੋਇਆ, ਉਹ ਤਾਂ ਸਾਨੂੰ ਘੂਰਨਗੇ ਹੀ। ਅਸੀਂ ਜਾਪ ਛਿੱਤਰਾਂ ਵਾਲਾ ਕੰਮ ਕਰਾਂਗੇ ਫਿਰ ਬੜੇ ਤਾਂ ਸਾਨੂੰ ਘੂਰਨਗੇ। ਠੀਕ ਹੈ ਜੀ, ਸੋ ਇਹੀ ਗੱਲਾਂ। ਚਲੋ ਠੀਕ ਹੈ ਜੀ, ਜਵਾਕਾਂ ਨਾਲ ਗੱਲ ਕਰਨੀ ਤੀ, ਕੋਈ ਬੋਲਦਿਆਂ ਕੋਲੋਂ ਗਲਤੀ ਹੋ ਗਈ ਹੋ, ਮੋਬਾਈਲ ਫੈਮਿਲੀ ਮੈਨੂੰ ਜ਼ਰੂਰ ਮਾਫ਼ ਕਰਿਓ, ਮੈਂ ਵੱਡੀ ਹਾਂ ਤੋਤੇ, ਪਰ ਫਿਰ ਵੀ ਮੈਂ ਤੁਹਾਤੋਂ ਮਾਫ਼ੀ ਮੰਗਦੀ ਹਾਂ ਸਿਰ ਝੁਕਾ ਕੇ, ਬਈ ਸਾਡੀ ਮੋਬਾਈਲ ਫੈਮਿਲੀ ਪਿਆਰੀ ਵੀ ਬਹੁਤ ਆ, ਅਸੀਂ ਤੁਹਾਡੇ ਬਿਨਾਂ ਬਚਦੇ ਨਹੀਂ, ਪਰ ਘੂਰਨਾ ਵੀ ਅਸੀਂ ਤੁਹਾਨੂੰ ਹੈਗਾ, ਸਾਨੂੰ ਸਾਤੋਂ ਬੜੇ ਘੂਰਦੇ ਨੇ, ਅਸੀਂ ਤੁਹਾਨੂੰ ਘੂਰਨਾ ਹੈ ਨਾ ਬਈ। ਸੋ ਇਹੀ ਗੱਲਾਂ ਨੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਆ ਕਰੋ। ਠੀਕ ਹੈ ਜੀ, ਬਹੁਤ ਪਿਆਰੇ ਹੋ ਪੁੱਤ ਸਾਨੂੰ ਤੁਸੀਂ, ਧੀਆਂ ਵੀ, ਨੂੰਹਾਂ ਵੀ, ਪੁੱਤ ਵੀ ਬਹੁਤ ਪਿਆਰੇ ਨੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।